ਮੈਂ ਨਾ ਭਾਅ ਜੀ ਬੱਚਿਆਂ ਨੂੰ ਬਹੁਤ ਓਬਜ਼ਰਵ ਕਰਦਾ, ਛੋਟੇ ਛੋਟੇ ਬੱਚਿਆਂ ਨੂੰ ਬਹੁਤ ਓਬਜ਼ਰਵ ਕਰਦਾ, ਤੁਹਾਨੂੰ ਬੱਚਿਆਂ ਦੀਆਂ ਦੋ ਚਾਰ ਗੱਲਾਂ ਸੁਣਾਉਂਦਾ। ਇੱਕ ਨਾ ਛੋਟਾ ਜਿਹਾ ਬੱਚਾ ਖਲੋਤਾ 5-6 ਸਾਲ ਦਾ, ਅਤੇ ਮੈਂ ਉਹਨੂੰ ਕਿਹਾ ਵੀ ਤੈਨੂੰ ਪਤਾ ਬੇਟਾ ਵੀ ਆਂਡੇ 'ਚੋਂ ਚੂਚਾ ਕਿਸ ਤਰ੍ਹਾਂ ਬਾਹਰ ਆਉਂਦਾ? ਕਹਿੰਦਾ ਤੇਰਾ ਹੀ ਸਵਾਲ ਪੁੱਛਣਾ ਬਣਦਾ, ਪਹਿਲਾਂ ਮੈਨੂੰ ਇਹ ਦੱਸ ਵੀ ਉਹ ਵੜਿਆ ਕੀ ਲੈਣ ਸੀ ਅੰਦਰ? ਕਹਿੰਦਾ ਦੁਨੀਆਂ ਚੰਦਰਮਾ 'ਤੇ ਪਹੁੰਚ ਗਈ, ਤੂੰ ਮਾਮਾ ਜੇ ਚੂਚਿਆਂ ਚਾਚਿਆਂ 'ਚ ਤੁਰਿਆ ਫਿਰਨ ਡਿਆ? ਇੱਦਾਂ ਹੀ ਨਾ ਇੱਕ ਛੋਟਾ ਜਿਹਾ ਬੱਚਾ ਸਕੂਲੋਂ ਛੁੱਟੀ ਕਰਕੇ ਅਤੇ ਆਪਣੇ ਦਾਦੇ ਨਾਲ ਖੇਡਣ ਦਿਆ, ਦਾਦੇ ਨਾਲ ਖੇਡਣ ਦਿਆ ਅਤੇ ਸਾਹਮਣੇ ਕਿਤੇ ਮਾਸਟਰ ਤੁਰਿਆ ਆਵੇ ਉਹਦਾ, ਅਤੇ ਉਹਦਾ ਦਾਦਾ ਉਹਨੂੰ ਆਉਂਦਾ ਵੀ ਪੁੱਤ ਉਰਾਂ ਭਰਾ ਜਾਓ, ਤੇਰਾ ਮਾਸਟਰ ਤੁਰਿਆ ਆਉਂਦਾ ਬੋਲੂਗਾ। ਉਹ ਆਉਂਦਾ ਦਾਦਾ ਮੈਂ ਥੋੜ੍ਹਾ ਉਰਾਂ ਭਰਾਉਣ ਆਇਆ, ਤੂੰ ਉਹ ਤੇਰਾ ਮਰੇ ਦਾ ਭੋਗ ਕਹਿ ਕੇ ਅਤੇ ਮੈਂ ਛੁੱਟੀ ਕੀਤੀ ਹੈ। ਉਹ ਬੱਚਾ ਨੂੰ ਕਹਿਣ ਲਿਆਂਦਾ ਮੈਂ ਇਕੱਲਾ ਹੀ ਉੱਥੇ ਉਹ ਸ਼ਰਮਿੰਦਿਆਂ ਵਾਂਗੂ ਤੁਰਿਆ ਫਿਰਨੇ, ਸਾਰੀ ਕਲਾਸ 'ਚ ਕਿਸੇ ਦਾ ਦਾਦਾ ਨਹੀਂ ਹੈਗਾ, ਮੇਰਾ ਇਕੱਲੇ ਦਾ ਹੀ ਦਾਦਾ ਆ। ਤੈਨੂੰ ਤਾਂ ਇਹਨਾਂ ਨੂੰ ਸ਼ਰਮ ਨਾ ਮਰ ਜਾਣਾ ਚਾਹੀਦਾ ਸੀਗਾ, ਮੈਨੂੰ ਮਾਰਨਾ ਪੈਣ ਡਿਆ ਵਾਰ ਵਾਰ। ਇੱਦਾਂ ਨਾ ਬੱਚੇ ਬਹੁਤ ਸ਼ਰਾਰਤੀ, ਮੇਰਾ ਭਤੀਜਾ ਹੈ ਛੋਟਾ ਜਿਹਾ, ਅਤੇ ਉਹਨਾਂ ਝੂਠ ਬਹੁਤ ਬੋਲਦਾ। ਮੈਂ ਉਹਨੂੰ ਮੈਂ ਹਾਂ ਬੇਟਾ ਝੂਠ ਨਹੀਂ ਬੋਲੀਦਾ, ਝੂਠ ਬੋਲਣ ਦੇ ਨਾਲ 5 ਮਿੰਟ ਜ਼ਿੰਦਗੀ ਘੱਟ ਜਾਂਦੀ ਆ, ਖੁਸ਼ ਰਹੀਦਾ ਆ। ਸੱਚ ਬੋਲੀਦਾ ਆ ਅਤੇ ਖੁਸ਼ ਰਹਿਣ ਦੇ ਨਾਲ 10 ਮਿੰਟ ਜ਼ਿੰਦਗੀ ਵੱਧ ਜਾਂਦੀ ਆ। ਅਤੇ ਲਾਗੀ ਤੈਨੂੰ ਸਮਝ ਆਉਂਦਾ? ਹਾਂ ਚਾਚੂ ਲਾਗੀ, ਅੱਗੇ ਤੋਂ ਜਦੋਂ ਝੂਠ ਬੋਲਣਾ ਆ ਹੱਸ ਕੇ ਬੋਲਣਾ ਆ ਤਾਂ ਵੀ 5 ਮਿੰਟ ਦਾ ਫਾਇਦਾ ਹੀ ਆ। ਅਤੇ ਐਡਾ ਚਵਲ ਆ, ਉੱਥੇ ਨਾ ਬੁੱਕ ਡਿਪੂ 'ਤੇ ਲੜਕੇ ਆ ਗਿਆ ਅਰਗਾਂ। ਬੁੱਕ ਡਿਪੂ 'ਤੇ ਗਿਆ ਅਤੇ ਉਹਨੂੰ ਕਿਤੇ ਆਉਂਦਾ ਵੀ ਮੈਂ ਬੁੱਕਾਂ ਸੇਲ ਕਰਨੀਆਂ ਆ, ਅਤੇ ਉਹਨਾਂ ਲੜਕੇ ਆ ਗਿਆ, ਉਹ ਕਿਤੇ ਅੱਧੇ ਪੈਸੇ ਦਿੰਦਾ ਸੀਗਾ, ਅਤੇ ਉਹਨਾਂ ਲੜਕੇ ਆ ਗਿਆ। ਮੈਂ ਹਾਂ ਬੇਟਾ ਉਹਦੇ ਨਾਲ ਲੜਕੇ ਕਿਉਂ ਆਇਆ? ਆਂਦਾ ਉਹ ਬੁੱਕਾਂ ਦੇ ਪੈਸੇ ਅੱਧੇ ਦਿੰਦਾ ਸੀ, ਅਤੇ ਮੈਂ ਹਾਂ ਪੁੱਤ ਸੈਕਿੰਡ ਹੈਂਡ ਬੁੱਕਾਂ ਦੇ ਅੱਧੇ ਪੈਸੇ ਮਿਲਦੇ ਹੁੰਦੇ ਆ। ਆਂਦਾ ਚਾਚਾ ਤੂੰ ਵੀ ਹਿਲਿਆ ਲੱਗਣ ਡਿਆ, ਇਸੇ ਗੱਲੋਂ ਮੈਂ ਉਹਦੇ ਨਾਲ ਲੜਕੇ ਆ ਗਿਆ। ਜਦੋਂ ਮੈਂ ਸਾਰਾ ਸਾਲ ਖੋਲੀਆਂ ਨਹੀਂ ਤਾਂ ਸੈਕਿੰਡ ਹੈਂਡ ਕਦੋਂ ਹੋ ਗਈਆਂ ਨੇ? ਸਹੀ ਗੱਲ ਹੈ, ਇਹ ਕੋਈ ਆਪਣੇ ਦੋਨਾਂ ਵਰਗੇ ਜਵਾਕ ਸੀਗਾ ਜਿਹਨੇ ਕਿਤਾਬ ਖੋਲ ਕੇ ਵੀ ਨਹੀਂ ਵੇਖੀ। ਇੱਦਾਂ ਹੀ ਅੱਜ ਕੱਲ੍ਹ ਦੇ ਜਿਹੜੇ ਬੱਚੇ ਆ ਨਾ ਉਹ ਬਹੁਤ ਮਾਡਰਨ ਹੋ ਗਏ। ਉਹਨੇ ਨਾ ਆਪਣਾ ਡੈਡੀ ਆਪਣੇ ਨਾਲ ਲੜ ਪਿਆ ਇੱਕ ਛੋਟਾ ਜਿਹਾ ਬੱਚਾ, ਅਤੇ ਡੈਡੀ ਦੀ ਫੋਟੋ ਚੁੱਕ ਕੇ ਅਤੇ OLX 'ਤੇ ਪਾਤੀ, ਡੈਡੀ ਦੀ ਫੋਟੋ ਪਾਤੀ। ਹੁੰਦਾ ਡੈਡੀ ਸੇਲ, 4,000 ਰੁਪਇਆ ਡੈਡੀ ਦਾ ਰੇਟ ਲਿਖਤਾ। ਉਹ ਕਿਸੇ ਦਾ ਫੋਨ ਆ ਗਿਆ ਵੀ ਚੱਲ ਪੱਠੇ ਪੱਠੇ ਪਵਾਵਾਂਗੇ। ਆਂਦਾ ਕਾਕਾ ਬੜਾ ਜਾਇਜ਼ ਜਿਹਾ ਰੇਟ ਲਿਖਿਆ ਡੈਡੀ ਆਪਣੇ ਦਾ, ਤੂੰ ਤਾਂ ਇਹ ਕੰਮ ਕਾਰ ਕਰਦਾ। ਆਂਦਾ ਮਾਮਾ ਜੇ ਕੰਮ ਹੀ ਕਰਦਾ ਹੁੰਦਾ ਤਾਂ ਇਹ OLX 'ਤੇ ਪਾਉਣਾ ਸੀ ਅਸੀਂ। ਇੱਦਾਂ ਹੀ ਇਹ ਤਾਂ ਭਾਅ ਜੀ ਬੱਚਿਆਂ ਦੀਆਂ ਗੱਲਾਂ ਸੀਗੀਆਂ। ਅੱਜ ਕੱਲ੍ਹ ਵੇਖਿਆ ਤੁਸੀਂ ਫੈਸ਼ਨ ਕਿੰਨਾ ਹੋ ਗਿਆ ਵੀ ਹਰੇਕ ਬੰਦਾ ਫੈਸ਼ਨ ਦੇ ਦੁਆਲੇ ਹੋਇਆ ਪਿਆ, ਫੈਸ਼ਨ ਦੇ ਦੁਆਲੇ ਹੋਇਆ ਪਿਆ। ਹੁਣ ਕਈ ਜਣਾ ਵੇਖਿਆ ਵੀ ਅੱਜ ਕੱਲ੍ਹ ਮੁੰਡੇ ਪੈਂਟਾਂ ਬੜੀਆਂ ਲੋਅ ਵੇਸਟ ਪਾਉਂਦੇ ਆ, ਉਹ ਇੱਥੇ ਅੱਧਾ ਕੱਛਾ ਹੀ ਦਿਖਣ ਡਿਆ ਹੁੰਦਾ, ਬਿਲਕੁਲ ਥੱਲੇ ਕਰਕੇ ਬੰਨੀ ਹੁੰਦੀ ਆ। ਮਤਲਬ ਜੇ ਜ਼ੋਰ ਨਾਲ ਛਿੱਕ ਮਾਰਨ ਤਾਂ ਪੂਰੇ ਚਾਂਸ ਹੁੰਦੇ ਕਿ ਪੈਂਟ ਡਿੱਗ ਸਕਦੀ ਆ। ਮੈਂ ਤਾਂ ਇਹ ਸੋਚ ਰਿਹਾ ਵੀ ਜੇ ਕਿਤੇ ਅੱਗੋਂ ਕੱਛਾ ਵੀ ਨਾ ਪਾਇਆ ਹੋਵੇ, ਉਹ ਤਾਂ ਮੂੰਹ ਜਬਾਨੀ ਹੋਣ ਵਾਲੀ ਗੱਲ ਹੋ ਗਈ ਨਾ ਫਿਰ। ਆਂਦਾ ਕੱਛਾ ਵੀ ਵਿਚਾਰਾ ਹੱਥ ਜੋੜ ਲਿਆਂਦਾ ਉਹ ਵੀਰ, ਆਂਦਾ ਪੈਂਟ ਚੁੱਕ ਲਾ ਮਾੜੀ ਮੋਟੀ, ਜੇ ਕਿਤੇ ਮੈਂ ਵੀ ਡਿੱਪਿਆ ਤਾਂ ਤੇਰਾ ਨੱਕ ਵੱਢਿਆ ਜਾਣਾ ਹੀ। ਸਹੀ ਗੱਲ ਆ, ਇਸ ਤਰ੍ਹਾਂ ਜੀ ਧਿਆਨ ਰੱਖਿਆ ਕਰੋ। ਕਈਆਂ ਨੇ ਨਾ ਇਹ ਮੈਂ ਤੁਹਾਨੂੰ ਆਉਂਦੇ ਹੀ ਕਹਿਤਾ ਵੀ ਉਸਤਾਦ ਸਹੀ ਨਹੀਂ ਜੇ ਬਚਾਉਂਦਾ, ਇਹ ਜਾਚ ਸਿੱਖਣ ਡਿਆ ਜੀ ਉਸਤਾਦ। ਇੱਦਾਂ ਹੀ ਨਾ ਅੱਜ ਕੱਲ੍ਹ ਫੈਸ਼ਨ ਬੜਾ ਲੋਕ ਕਸੂਤਾ ਜਿਹਾ ਕਰਦੇ ਆ। ਕਈਆਂ ਮੁੰਡਿਆਂ ਨੇ ਵਾਲ ਭਾਅ ਜੀ ਐਡੇ ਤਿੱਖੇ ਕੀਤੇ ਹੁੰਦੇ ਆ, ਉਹ ਮਾੜੀ ਮੋਟੀ ਜੈਲ ਨਾਲ ਗੱਲ ਨਹੀਂ ਬਣਦੀ, ਅੱਜ ਕੱਲ੍ਹ ਪੀਪਾ ਜੈਲ ਦਾ ਸਟਾਲਿੰਗ ਦੇ ਕਿਤੇ ਐਂ ਤਿੱਖੇ ਕੀਤੇ ਹੁੰਦੇ। ਜੇ ਕਿਤੇ ਝਗੜਾ ਵੀ ਹੋ ਜਾਵੇ ਭਾਅ ਜੀ ਕਿਸੇ ਹਥਿਆਰ ਦੀ ਲੋੜ ਨਹੀਂ ਆ, ਐਂ ਮਾਰ ਕੇ ਵਾਲ ਅਗਲੇ ਢਿੱਡ ਪਾੜ ਦਿੰਦੇ ਆ। ਵਾਲਾਂ ਵਾਲੀ ਗੱਲ ਤਾਂ ਸਹੀ ਕਹੀ ਭਾਅ ਜੀ, ਜੈਲ ਲਾ ਕੇ ਨਾ ਟੇਡੇ ਵੀ ਕਰ ਲੈਂਦੇ ਅੱਜ ਕੱਲ੍ਹ। ਉਹ ਭਾਅ ਜੀ ਆ ਤਾਂ ਤੁਸੀਂ ਮੈਨੂੰ ਕਹਿਣ ਡੇ ਜੇ ਫਿਰ ਤੇ ਓਬਜ਼ਰਵੇਸ਼ਨ। ਅੱਛਾ ਉਹ ਕੀ ਹੈ ਕਿ ਚਲੋ ਇਹ ਮੁੰਡੇ ਤਾਂ ਜਿਹੜੇ ਕਰਦੇ ਆ ਇਸ ਤਰ੍ਹਾਂ ਫੈਸ਼ਨ ਕਰਦੇ ਕਰਦੇ, ਕੁੜੀਆਂ ਵੀ ਇਸ ਤਰ੍ਹਾਂ ਹੀ ਕਰਦੀਆਂ ਹੁਣ ਤਾਂ ਅੱਜ ਕੱਲ੍ਹ ਤਾਂ ਇਸ ਤਰ੍ਹਾਂ ਮੈਚਿੰਗ ਕਰਦੀ ਵੀ ਇੱਕ ਨਾ ਕੁੜੀ ਜਾ ਰਹੀ ਅਤੇ ਕੁੜੀ ਨੇ ਲਾਲ ਸੂਟ ਪਾਇਆ, ਲਾਲ ਮਾਸਕ ਵੀ ਅੱਜ ਕੱਲ੍ਹ ਨਾਲ ਹੀ ਮੈਚਿੰਗ ਕਰਨ ਡੈ ਪਈਆਂ, ਲਾਲ ਮਾਸਕ, ਲਾਲ ਹੀਲ, ਲਾਲ ਪਰਸ, ਅਤੇ ਉਹਦੇ ਨਾਲ ਛੋਟਾ ਜਿਹਾ ਬੱਚਾ ਤੁਰਿਆ ਜਾਂਦਾ ਸੀ ਮਾਰਕੀਟ 'ਚ, ਬੇਟ ਭਾਅ ਜੀ ਉਹਦਾ ਮੂੰਹ ਲਾਲ ਕਰਤਾ ਨਾਲ ਨਜਾਇਜ਼ ਜੀ। ਉਹ ਆਂਦਾ ਮੰਮੀ ਕੀ ਗੱਲ ਹੋ ਗਈ ਆ? ਆਂਦੀ ਬੇਟਾ ਤੂੰ ਬਿਨਾਂ ਮੈਚਿੰਗ ਤੋਂ ਮੇਰੇ ਨਾਲ ਚੰਗਾ ਨਹੀਂ ਲੱਗ ਰਿਹਾ। ਇੱਦਾਂ ਹੀ ਕੋਈ ਕੁੜੀ ਨੇ ਨਾ ਪ੍ਰੋਪਰ ਮੈਚਿੰਗ ਕੀਤੀ, ਜਿੱਦਾਂ ਲਾਲ ਸੂਟ ਤੁਹਾਨੂੰ ਦੱਸਿਆ ਵੀ ਲਾਲ ਸੂਟ ਮਾਸਕ ਇਹ ਉਹ ਸਾਰਾ ਕੁਛ, ਅਤੇ ਵੋਟ ਪਾਉਣ ਚਲ ਗਈ, ਅਤੇ ਉਹ ਵੋਟ ਪਾਉਣ ਤੋਂ ਪਹਿਲਾਂ ਨਾ ਉਹ ਨੀਲੀ ਸ਼ਾਹੀ ਲਾਉਂਦੇ ਆ ਉਂਗਲ 'ਤੇ, ਅਤੇ ਉਹਨਾਂ ਨੂੰ ਆਉਂਦੀ ਵੀ ਸ਼ਾਹੀ ਲਾਲ ਲਾਓ ਮੇਰੀ ਮੈਚਿੰਗ ਖਰਾਬ ਹੋ ਰਹੀ ਆ। ਆਉਂਦੇ ਭੈਣ ਜੀ ਸ਼ਾਹੀ ਨੀਲੀ ਹੁੰਦੀ ਆ ਵੋਟਾਂ ਵਾਲੀ, ਉਹ ਆਉਂਦੀ ਲੈ
ਤੁਸੀਂ ਜੇ ਮੇਰੀ ਗੱਲ ਹੁਣ ਨਹੀਂ ਮੰਨਦੇ ਵੋਟਾਂ ਬਾਅਦ ਤੁਸੀਂ ਘੱਟਾ ਮੰਨਣੀ ਜਾਓ, ਮੈਂ ਨਹੀਂ ਪਾਉਂਦੀ ਵੋਟ। ਇੱਦਾਂ ਹੀ ਨਾ ਆਪਣਾ ਮੇਰੀ ਗਰਲਫ੍ਰੈਂਡ ਆ ਅਤੇ ਉਹ ਕਹਿੰਦੀ ਵੀ ਮੈਂ ਦੀਦਾਰ ਤੂੰ ਮੈਨੂੰ ਕਦੀ ਗੱਡੀ ਨਹੀਂ ਚਲਾਉਣ ਦਿੰਦਾ ਅਤੇ ਅੱਜ ਗੱਡੀ ਮੈਂ ਚਲਾਉਣੀ। ਮੈਂ ਕਿਹਾ ਚਲਾ ਲਾ ਡਰਲਿੰਗ, ਇਹ ਕਿਹੜੀ ਗੱਲ ਹੈ, ਗੱਡੀ ਲੈ ਕੇ ਜਾ ਰਹੀ ਆ ਅਤੇ ਅੱਗੇ ਲਾਲ ਲਾਈਟਾਂ ਆ ਗਈਆਂ, ਰੋਕੀ, ਲਾਲ ਲਾਈਟਾਂ ਆਈਆਂ, ਫਿਰ ਲਾਲ ਤੋਂ ਬਾਅਦ ਲਾਈਟ ਔਰੇਂਜ ਹੋਈ, ਫਿਰ ਗ੍ਰੀਨ ਹੋਈ, ਉੱਥੇ ਹੀ ਖਲੋਤੀ ਸਟਿਲ। ਮੈਂ ਕਿਹਾ ਪ੍ਰਧਾਨ ਜੀ ਇਹ ਤੋਂ ਵੱਧ ਗ੍ਰੀਨ ਨਹੀਂ ਹੋਣੀ, ਚੱਲੀਏ ਹੁਣ ਆਪਾਂ। ਆਂਦੀ ਇੱਦਾਂ ਕਿੱਦਾਂ ਚੱਲੀਏ, ਆਂਦੀ ਮੇਰਾ ਫੇਵਰੇਟ ਕਲਰ ਪਿੰਕ ਤੇ ਜਾਇਆ ਨਹੀਂ, ਪਿੰਕ ਆਊ ਫਿਰ ਚੱਲਾਂਗੇ। ਮੈਂ ਕਿਹਾ ਠੀਕ ਹੈ ਮਹਾਰਾਜ, ਡੀਕੋ ਫਿਰ ਤਗੜੇ ਹੋ ਗਏ ਪਿੰਕ। ਇਸ ਤਰ੍ਹਾਂ ਹੀ ਨਾ ਅੱਜ ਕੱਲ੍ਹ ਸਰਜਰੀ ਵੇਖਿਆ ਭਾਅ ਜੀ, ਕੁੜੀਆਂ ਕਿੰਨੀਆਂ ਕਰਾਉਂਦੀਆਂ, ਉਹ ਬੁੱਲ ਬਖਤ ਜੀਰ ਕੇ ਕਰਾ ਲੈਂਦੀਆਂ, ਬਖਤ ਜੀਰ ਕੇ ਮੂੰਹ ਚ ਬੁੱਲ ਚੱਕੇ ਹੁੰਦੇ, ਹਾਂ, ਭਰਵੱਟੇ ਬੜੇ ਉਹ ਕਰਵਾ ਲੈਂਦੀਆਂ ਆ, ਇੱਥੇ ਭਰਵਾ ਲੈਂਦੀਆਂ, ਹਾਂ, ਬੜਾ ਬੜਾ ਅਜੀਬ। ਅਤੇ ਇੱਦਾਂ ਹੀ ਇੱਕ ਨਾ ਮੇਰੀ ਦੋਸਤ ਹੈ ਅਤੇ ਉਹਦਾ ਨੱਕ ਬੜਾ ਚੌੜਾ, ਮਤਲਬ ਜੇ ਦੂਰੋਂ ਵੇਖੀ ਤੇ ਐਂ ਲਾ ਲਓ ਵੀ ਜਿੱਦਾਂ ਡੱਡੂ ਧੁੱਪ ਸੇਕਣ ਡਿਆ ਹੁੰਦਾ, ਐਡਾ ਚੌੜਾ ਨੱਕ ਆ। ਅਤੇ ਉਹ ਆਪਣੇ ਡੈਡੀ ਨਾਲ ਸਲਾਹ ਕਰਨ ਡਈ ਇੱਕ ਦਿਨ, ਕਹਿੰਦੀ ਵੀ ਡੈਡੀ ਮੈਂ ਥੋੜ੍ਹਾ ਜਿਹਾ ਨੱਕ ਵਢਾ ਲਾ ਆਪਣਾ। ਕਹਿੰਦਾ ਕੋਈ ਨਹੀਂ ਪੁੱਤ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਆ, ਉਹਨਾਂ ਕੀ ਵਢਾਈ ਜਿੱਦਾਂ ਖਾਨਦਾਨ ਦਾ ਨਾ ਵਢਿਆ ਜਾਵੇ। ਤੁਸੀਂ ਕਿਉਂ ਢੱਕਿਆ ਭਾਅ ਜੀ, ਤੁਹਾਡਾ ਐਡਾ ਚੌੜਾ ਨਹੀਂ ਆ, ਕਾਫੀ ਹੈ। ਇਸ ਤਰ੍ਹਾਂ ਨਾ ਇੱਕ ਮੇਰੀ ਫਰੈਂਡ ਆ, ਉਹਦੇ ਨਾ ਲੋਕਡਾਊਨ ਦੇ ਦਰਿਆ ਨਾ ਤੁਹਾਨੂੰ ਪਤਾ ਲੋਕਾਂ ਨੇ ਫੇਸਬੁੱਕ 'ਤੇ ਕਿੰਨੀ ਇੱਕ ਦੂਜੇ ਨਾਲ ਗੱਲ ਕੀਤੀ, ਵੀ ਵਿਹਲੇ ਬੈਠੇ ਚੱਲ ਫੇਸਬੁੱਕ ਹੀ ਚਲਾਈ ਜਾਓ, ਯੂਜ਼ ਕਰੀ ਜਾਓ। ਉਹ ਫੇਸਬੁੱਕ 'ਤੇ ਕਿਤੇ ਕਿਸੇ ਮੁੰਡੇ ਨਾਲ ਗੱਲ ਕਰਨ ਬਹਿ ਗਈ ਅਤੇ 2-4-6 ਮਹੀਨੇ ਗੱਲਬਾਤ ਚੱਲਦੀ ਰਹੀ, ਉਹਨਾਂ ਦੀ ਗੱਲ ਵਿਆਹ ਤੱਕ ਪਹੁੰਚ ਗਈ। ਅਤੇ ਉਹਨੇ ਸਲਾਹ ਲਈ ਭਾਅ ਜੀ ਮੇਰੇ ਕੋਲ, ਕਹਿੰਦੀ ਵੀ ਦੀਦਾਰ ਮੇਰੇ ਨਾਲ ਇੱਕ ਮੁੰਡਾ ਬਹੁਤ ਜੈਨੂਅਨ ਗੱਲ ਕਰ ਰਿਹਾ ਅਤੇ ਮੇਰਾ ਦਿਲ ਕਰਦਾ ਵੀ ਉਹਦੇ ਨਾਲ ਵਿਆਹ ਕਰਵਾ ਲਾਂ। ਮੈਂ ਕਰਵਾ ਲਾ ਯਾਰ, ਹੋਰ ਕੀ ਚਾਹੀਦਾ ਵੀ, ਜੇ ਤੇਰੀ ਅੰਡਰਸਟੈਂਡਿੰਗ ਹੈ ਕਰਾ ਲਾ। ਅਤੇ ਮੈਂ ਕਿਹਾ ਮੁੰਡਾ ਕਰਦਾ ਕੀ ਆ, ਕਹਿੰਦੀ ਉਹ ਵਕੀਲ ਆ। ਮੈਂ ਕਿਹਾ ਫਿਰ ਨਾ ਕਰਾਈ, ਫਿਰ ਤਲਾਕ ਹੋ ਜਾਣਾ ਹੀ ਤੇਰਾ, ਵਿਆਹ ਤੋਂ ਅਗਲੇ ਦਿਨ ਤਲਾਕ ਹੋ ਜਾਣਾ ਹੀ। ਕਹਿੰਦੀ ਆ ਤਾਂ ਤੂੰ ਬਦਵਾਵਾਂ ਦੇਣ ਡਿਆ, ਜੇ ਵਿਆਹ ਨਹੀਂ ਹੋਇਆ ਤਾਂ ਤੂੰ ਤਲਾਕ 'ਤੇ ਵੀ ਪਹੁੰਚ ਗਿਆ। ਉਹ ਮੈਂ ਕਿਹਾ ਪੁੱਤ ਵਕੀਲਾਂ ਦੀ ਪ੍ਰੋਬਲਮ ਹੁੰਦੀ ਆ, ਉਹਨੇ ਸੁਭਾਗ ਰਾਤ ਨੂੰ ਤੈਨੂੰ ਪੁੱਛਣਾ ਆ ਵੀ ਜੋ ਕਹੇਗੀ ਸੱਚ ਕਹੇਗੀ, ਤੂੰ ਸੱਚ ਦੱਸਣਾ ਅਤੇ ਉਹਨੇ ਤੈਨੂੰ ਛੱਡ ਦੇਣਾ। ਕਿਆ ਬਾਤ ਹੈ, ਤੁਸੀਂ ਦੱਸੋ ਪੁੱਤਰ। ਦੀਦਾਰ ਭਾਅ ਜੀ ਇੱਕ ਨਾ ਗੱਲ ਮੈਨੂੰ ਰੜਕਣ ਡਈ ਹੈ ਥੋੜ੍ਹੀ ਜਿਹੀ। ਕਿਹੜੀ ਬਾਬਾ ਜੀ? ਤੁਸੀਂ ਨਾ ਗੱਲਾਂ ਗੱਲਾਂ ਦੇ ਬਹਾਨੇ ਤੋਤਿਆਂ ਦੀਆਂ ਗੱਲਾਂ ਸੁਣਾ ਸੁਣੂ ਕੇ ਨਾ ਜਿਹੜੇ ਮੈਨੂੰ ਗਾਲ 'ਚ ਕੱਢ ਕੇ ਆਉਣਾ। ਮੈਂ ਕਮੇਡੀਅਨ ਤੁਹਾਨੂੰ ਤਾਂ ਮੰਨਾਂ, ਰਾਈਟਰ ਤੁਹਾਨੂੰ ਤਾਂ ਮੰਨਾਂ, ਜੇ ਤੋਤੇ ਵਾਲੀ ਇੱਕ ਹੋਰ ਸੁਣਾਓ ਤਾਂ। ਕਿਉਂ ਉਸਤਾਦ? ਲਓ ਸੁਣੋ, ਮੇਰਾ ਨਾ ਇੱਕ ਦੋਸਤ ਸੀਗਾ ਅਤੇ ਉਹਨੇ ਨਾ ਮੈਣਾ ਰੱਖੀ ਅਤੇ ਮੇਰੇ ਕੋਲ ਆ ਗਿਆ ਬੜਾ ਦੁਖੀ ਵਿਚਾਰਾ। ਕਹਿੰਦਾ ਯਾਰ ਮੈਣਾ ਰੱਖ ਬੈਠਾ ਮੈਂ ਤਾਂ, ਬੜੀਆਂ ਹੀ ਗਾਲਾਂ ਕੱਢਦੀ ਆ, ਬੜੀਆਂ ਗਾਲਾਂ ਕੱਢਦੀ, ਉਹ ਵੀ ਗੰਦੀਆਂ ਜਿਹੜੀਆਂ ਦੱਸ ਨਹੀਂ ਸਕਦਾ, ਸੁਣ ਨਹੀਂ ਸਕਦਾ ਬਸ। ਅਤੇ ਮੈਂ ਕਿਹਾ ਯਾਰ ਗੱਲ ਤਾਂ ਤੇਰੀ ਦੁੱਖ ਵਾਲੀ ਆ, ਪਰ ਇੱਦਾਂ ਵੀ ਚੱਲ ਕੋਈ ਗੱਲ ਨਹੀਂ, ਤੇਰਾ ਕਰ ਦਿੰਦੇ ਮਸਲਾ ਹੱਲ। ਮੈਂ ਨਾ 2 ਤੋਤੇ ਰੱਖੇ ਆ ਅਤੇ ਉਹ ਇੱਕ ਤਾਂ ਮਾਲਾ ਜਪਦਾ ਰਹਿੰਦਾ ਅਤੇ ਇੱਕ ਦੀ ਤਾਂ ਲਿਵ ਪਰਮਾਤਮਾ ਨਾਲ ਲੱਗੀ ਆ, ਪਤਾ ਨਹੀਂ ਕੀ ਦੁਆਵਾਂ ਮੰਗਦਾ ਰਹਿੰਦਾ ਆ, ਅੱਖਾਂ ਹੀ ਨਹੀਂ ਖੋਲਦਾ ਕਿੰਨਾ ਕਿੰਨਾ ਚਿਰ। ਅਤੇ ਤੂੰ ਇੱਦਾਂ ਕਰ, ਆਪਦੀ ਜਿਹੜੀ ਮੈਣਾ ਆ ਉਹ 4 ਦਿਨ ਮੈਨੂੰ ਦੇ ਦੇ, ਸੁਧਰ ਜੂਗੀ ਯਾਰ, ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਵੀ ਉਹ ਵੀ ਇਹਨਾਂ ਦੀ ਸੰਗਤ ਕਰੂਗੀ ਤੇ ਸੁਧਰ ਜੂਗੀ। ਉਹਨੇ ਜਿੱਦਾਂ ਹੀ ਲਿਆਂਦੀ ਇਹ ਪਿੰਜਰੇ 'ਚ ਛੱਡੀ ਆ, ਜਿਹੜਾ ਮਾਲਾ ਜਪਣ ਡਿਆ ਸੀ ਉਹਨੇ ਵੇਖੀ ਮੈਣਾ ਆ ਗਈ ਆ, ਨਾਲ ਦਿਨ ਕਹਿੰਦਾ ਉੱਠ ਬਈ ਜਟਾ, ਦਵਾ ਕਬੂਲ ਹੋ ਗਈ ਉਹ। ਉਹ ਇੱਦਾਂ ਦੀਆਂ ਗੱਲਾਂ ਖੁਸ਼ੀ ਹੁਣ ਤੋਤੇ ਦੀ ਗੱਲ ਤੁਹਾਨੂੰ ਸੁਣਾਉਂਦੀ ਹੈ। ਇੱਕ ਪਿੰਡਾਂ ਵਾਲੀ ਵੀ ਹੋ ਜੇ ਕੋਈ, ਪਿੰਡਾਂ 'ਚ ਤਾਂ ਭਾਅ ਜੀ ਇੱਦਾਂ ਦਾ ਸਿਸਟਮ ਹੁੰਦਾ ਵੀ ਜੇ ਕੋਈ ਕੁੱਕਰ ਵੀ ਨਵਾਂ ਲਿਆਵੇ ਨਾ ਤਾਂ ਉਹਨੂੰ ਵਧਾਈ ਦੇਣ ਚਾਹੀਦਾ ਆ। ਅਤੇ ਇੱਦਾਂ ਹੀ ਮੇਰੇ ਚਾਚੇ ਨੇ ਕੁੱਕਰ ਨਵਾਂ ਲੈ ਆਉਂਦਾ ਅਤੇ ਮੈਂ ਕਿਹਾ ਚਲੋ ਵਧਾਈ ਦੇ ਉਹਨੇ ਚਾਚੇ ਨੂੰ, ਅਤੇ ਮੈਂ ਅਜੇ ਗਲੀ 'ਚ ਤੁਰਿਆ ਹੀ ਆਵਾਂ ਅਤੇ ਸਾਹਮਣੇ ਇੱਕ ਮੁੰਡਾ ਭੱਜਾ ਵੇ ਛੋਟਾ ਜਿਹਾ। ਕਹਿੰਦਾ ਪਤਾ ਲੱਗਾ ਹੀ? ਮੈਂ ਕਿਹਾ ਕਾਹਦਾ? ਕਹਿੰਦਾ ਚਾਚੇ ਤੇਰੇ ਦਾ ਕੁੱਕਰ ਫਟ ਗਿਆ। ਉਹ ਮੈਂ ਕਿਹਾ ਫੜੇ ਮੂੰਹ ਕਰ, ਮੈਂ ਤਾਂ ਜੇ ਵਧਾਈ ਦੇਣ ਜਾਣ ਡਿਆ। ਮੈਂ ਕਿਹਾ ਚੱਲ ਭੋਲਾ ਜਿਹਾ ਮੂੰਹ ਬਣਾ ਕੇ ਅਤੇ ਅਫਸੋਸ ਕਰ ਆਉਂਦੇ ਹਾਂ। ਮੈਂ ਚਾਚੇ ਦੇ ਕੋਲ ਜਾ ਕੇ ਬਹਿ ਗਿਆ। ਮੈਂ ਕਿਹਾ ਚਾਚਾ ਬੜਾ ਕੰਮ ਖਰਾਬ ਹੋਇਆ, ਕਹਿੰਦੇ ਵੀ ਕੁੱਕਰ ਲਿਆਂਦਾ ਅਤੇ ਫਟ ਗਿਆ। ਕਹਿੰਦਾ ਉਹ ਯਾਰ ਬੜਾ ਨੁਕਸਾਨ ਹੋਇਆ ਵਾ ਅਤੇ ਚੱਲ ਇੱਕ ਚੀਜ਼ ਦਾ ਫਾਇਦਾ ਵੀ ਹੋ ਗਿਆ। ਮੈਂ ਕਿਹਾ ਫਾਇਦਾ ਕਦੋਂ ਹੋ ਗਿਆ? ਕਹਿੰਦਾ ਜਦੋਂ ਕੁੱਕਰ ਫਟਣ ਲੱਗਾ ਮੈਂ ਤਾਂ ਰਹੀ ਛੋਲਿਆਂ ਦੀ ਸਬਜ਼ੀ, ਦਫਾ ਹੋ ਜਾਂਦਾ ਫਟਣ ਵਾਲਾ ਫਟ ਗਿਆ ਪਰ ਛੋਲਿਆਂ ਦੀ ਸਬਜ਼ੀ ਘਰ ਘਰ ਪਹੁੰਚੀ ਹੂ। ਲਓ ਜੀ, ਛੋਲਿਆਂ ਦੀ ਸਬਜ਼ੀ ਘਰ ਘਰ ਪਹੁੰਚੀ ਕਿ ਨਹੀਂ ਪਹੁੰਚੀ, ਬਟ ਮੈਨੂੰ ਲੱਗਦਾ ਦੀਦਾਰ ਗਿੱਲ ਜੀ ਦਾ ਲਾਫਟਰ
ਜ਼ਰੂਰ ਇਹਨਾਂ ਦੇ ਜੋਕਸ ਘਰ ਘਰ ਤੱਕ ਪਹੁੰਚੇ ਆ ਅਤੇ ਸਾਨੂੰ ਵੀ ਬਹੁਤ ਮਜ਼ਾ ਆਇਆ, ਸਟਾਰ ਜੀ ਮਜ਼ਾ ਆਇਆ ਜੇ, ਇਹਨਾਂ ਤਿੰਨਾਂ ਨੂੰ ਵੀ ਬਹੁਤ ਮਜ਼ਾ ਆਇਆ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਬਹੁਤ ਮਜ਼ਾ ਆਇਆ ਹੋਏਗਾ ਅਤੇ ਖੱਪ ਰੌਲਾ ਕੌਮੇਡੀ ਚੱਲਦੀ ਰਹੇਗੀ ਸਟੈਂਡ ਅਪ 'ਤੇ ਪਾਓ ਖੱਪ ਦੀ। ਅਗਲੀ ਐਪੀਸੋਡ 'ਚ ਵੀ ਹੋਰ ਵੀ ਗੱਲਾਂ ਕਰਾਂਗੇ, ਹੋਰ ਵੀ ਆਰਟਿਸਟ ਆਉਣਗੇ, ਹੋਰ ਵੀ ਖੱਪ ਪਾਵਾਂਗੇ, ਹੋਰ ਵੀ ਤੁਹਾਨੂੰ ਹਸਾਵਾਂਗੇ। ਤਦ ਤੱਕ ਦੇਖਦੇ ਰਹੋ PTC ਪੰਜਾਬੀ ਅਤੇ ਸਟੈਂਡ ਅਪ 'ਤੇ ਪਾਓ ਖੱਪ। ਰੱਬ ਰਾਖਾ ਜੀ, ਸਤਿ ਸ਼੍ਰੀ ਅਕਾਲ।